ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਪੰਜਾਬੀ ਪੰਜਾਬੀ ਅਤੇ ਪੰਜਾਬੀ ਸਿਨੇਮਾ ਸਦਾ ਗੱਲ ਕਰਦੇ ਆ ਜੀ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦੀਆਂ। ਅਤੇ ਪੰਜਾਬੀਆਂ ਦਾ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਹੁੰਦਾ ਜੀ, ਭੂਆ ਦਾ ਰਿਸ਼ਤਾ। ਅਤੇ ਭੂਆ ਜੀ 'ਤੇ ਇੱਕ ਫਿਲਮ ਅਨਾਊਂਸ ਹੋਈ ਆ ਜੀ, ਫਿਲਮ ਦਾ ਨਾਂ ਆ ਜੀ ਵੈਲਕਮ ਭੂਆ ਜੀ। ਅਤੇ ਫਿਲਮ ਕੌਣ ਬਣਾਉਣ ਜਾ ਰਿਹਾ ਜੀ? ਇਹ ਫਿਲਮ ਕਰ ਰਿਹਾ ਜੀ ਬੀਨੂ ਢਿੱਲੋਂ ਜੀ। ਹਾਂਜੀ, ਬੀਨੂ ਢਿੱਲੋਂ ਜੀ ਨੇ ਆਪਣੀ ਅਗਲੀ ਫਿਲਮ ਅਨਾਊਂਸ ਕਰ ਦਿੱਤੀ ਹੈ, ਜਿਸ ਫਿਲਮ ਦਾ ਟਾਈਟਲ ਆ ਜੀ ਵੈਲਕਮ ਭੂਆ ਜੀ। ਨੌਕਰ ਵਾਟੀ ਦਾ ਫਿਲਮ ਦੀ ਸਾਰੀ ਟੀਮ ਇੱਕ ਵਾਰੀ ਫਿਰ ਵਾਪਸ ਆ ਰਹੀ ਆ ਜੀ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੰਗਰੇਜ਼ਾ ਫਿਲਮਸ ਇਨ ਐਸੋਸੀਏਸ਼ਨ ਵਿਦ ਓਮ ਜੀ ਸਟਾਰ ਸਟੂਡੀਓਜ਼ ਐਂਡ ਸਮੀਪ ਕੰਗ ਪ੍ਰੋਡਕਸ਼ਨਸ ਲੈ ਕੇ ਆ ਰਿਹਾ ਜੀ ਵੈਲਕਮ ਭੂਆ ਜੀ। ਅਤੇ ਇਸ ਫਿਲਮ ਨੂੰ ਲਿਖਿਆ ਸ਼੍ਰੇਆ ਅਤੇ ਵੈਭਵ ਜੀ ਨੇ, ਅਤੇ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਵਨ ਐਂਡ ਓਨਲੀ ਸਮੀਪ ਕੰਗ ਜੀ। ਅਤੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਓਮ ਜੀ ਸਟਾਰ ਸਟੂਡੀਓਜ਼ ਵੱਲੋਂ 21 ਅਗਸਤ 2020 ਨੂੰ ਰਿਲੀਜ਼ ਕਰ ਦਿੱਤੀ ਜਾਵੇਗੀ। ਹੁਣ ਭੂਆ ਦਾ ਕਰੈਕਟਰ ਕਿਹਦਾ ਆ ਅਤੇ ਭਤੀਜੇ ਦਾ ਕਰੈਕਟਰ ਕਿਹਦਾ, ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ। ਇਸ ਫਿਲਮ ਦਾ ਸ਼ੂਟ ਸਟਾਰਟ ਹੋਣ ਵਾਲਾ ਹੈ ਜੀ। ਬੀਨੂ ਢਿੱਲੋਂ ਜੀ ਆ ਰਿਹਾ ਇੱਕ ਵਾਰੀ ਫਿਰ ਆਪਣੇ ਕਾਮੇਡੀ ਦੇ ਤੜਕੇ ਦੇ ਨਾਲ ਸਾਡੇ ਸਾਰਿਆਂ ਦੇ ਢਿੱਡਾਂ ਵਿੱਚ ਪੀੜਾ ਪਾਉਣ, ਅਤੇ ਉਹਨਾਂ ਦੇ ਢਿੱਡਾਂ ਪੀੜਾ ਪਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਨਗੇ ਡਾਇਰੈਕਟਰ ਸਮੀਪ ਕੰਗ ਸਾਹਿਬ, ਜਿਨ੍ਹਾਂ ਨੇ ਕਾਮੇਡੀ ਦੇ ਵਿੱਚ ਇੱਕ ਵੱਖਰਾ ਹੀ ਆਪਣਾ ਜਿਉਨਲ ਸੈੱਟ ਕੀਤਾ ਹੋਇਆ ਅਤੇ ਆਲਵੇਜ਼ ਪਰਫੈਕਟ ਚੀਜ਼ਾਂ ਹੀ ਲੈ ਕੇ ਆਉਂਦੇ ਆ ਆਪਣੇ ਆਡੀਅੰਸ ਦੇ ਲਈ। ਅਤੇ ਆਪਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਇਸ ਫਿਲਮ ਦੀਆਂ ਹੋਰ ਅਪਡੇਟਸ ਲਈ। ਵੈਲਕਮ ਭੂਆ ਜੀ ਲੈ ਕੇ ਆ ਰਿਹਾ ਜੀ ਬੀਨੂ ਢਿੱਲੋਂ ਜੀ 21 ਅਗਸਤ 2020 ਨੂੰ। ਰੈਡੀ ਹੋ ਜਾਓ ਜੀ, ਲੱਗਣਗੇ ਕਾਮੇਡੀ ਦੇ ਤੜਕੇ ਥੀਏਟਰ ਦੇ ਵਿੱਚ 21 ਅਗਸਤ 2020 ਨੂੰ। ਦੇਖਦੇ ਰਹੋ ਪੰਜਾਬੀ ਟੇਸ਼ਨ, ਜਿੱਦਾਂ ਇਸ ਫਿਲਮ ਦੀ ਹੋਰ ਅਪਡੇਟ ਮਿਲੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।